ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਭਿੱਖੀਵਿੰਡ ਦੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਦੇ ਪੋਤਰੇ ਮਨਦੀਪ ਸਿੰਘ ਦੇ ਘਰ ਤੇ ਫਾਇਰਿੰਗ। ਭਿੱਖੀਵਿੰਡ ਪੁਲਿਸ ਨੇ 4 ਵਿਅਕਤੀਆਂ ਸਮੇਤ 3 ਅਣਪਛਾਤੇ ਲੋਕਾਂ ਖਿਲਾਫ ਕੀਤਾ ਮਾਮਲਾ ਦਰਜ। ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਭਿੱਖੀਵਿੰਡ ਵਿਖੇ ਬੀਤੀ ਰਾਤ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਵਸਣ ਸਿੰਘ ਦੇ ਪੋਤਰੇ ਮਨਦੀਪ ਸਿੰਘ ਦੇ ਘਰ ਤੇ ਕੁਝ ਹਥਿਆਰਬੰਦ ਲੋਕਾਂ ਵੱਲੋਂ ਅੰਨੇਵਾਹ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦੇ ਆਧਾਰ ਤੇ ਕਾਰਵਾਈ ਕਰਦਿਆਂ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਾਂਗਰਸੀ ਆਗੂ ਮਨਦੀਪ ਸਿੰਘ ਦੇ ਪਿਤਾ ਜਸਵੰਤ ਸਿੰਘ, ਪੁੱਤਰ ਵਸਣ ਸਿੰਘ, ਕੌਮ ਜੱਟ ਵਾਸੀ ਭਿੱਖੀਵਿੰਡ ਬਹਿਕਾ ਨੇ ਦੱਸਿਆ ਕਿ ਮੈਂ ਭਿੱਖੀਵਿੰਡ ਦਾ ਰਹਿਣ ਵਾਲਾ ਹਾਂ ਅਤੇ ਖੇਤੀਬਾੜੀ ਦਾ ਕੰਮ ਕਰਦਾ ਹਾਂ। ਮੇਰੇ ਪਿਤਾ ਜੀ ਪਿੰਡ ਦੀ ਪੰਚਾਇਤ ਦੇ ਸਰਪੰਚ ਰਹੇ ਹਨ ਅਤੇ ਹੁਣ ਮੇਰਾ ਲੜਕਾ ਮਨਦੀਪ ਸਿੰਘ ਵੀ ਉਹਨਾਂ ਤੋਂ ਬਾਅਦ ਪਿੰਡ ਦੀ ਨੁਮਾਇੰਦਗੀ ਕਰਦਾ ਆ ਰਿਹਾ ਹੈ, ਜੋ ਕਿ ਹੁਣ ਪਿੰਡ ਦੀ ਪੰਚਾਇਤ ਦਾ ਮੌਜੂਦਾ ਮੈਂਬਰ ਪੰਚਾਇਤ ਹੈ। ਸਾਡੇ ਪਿੰਡ ਵਿੱਚ ਪੰਚਾਇਤੀ ਇਲੈਕਸ਼ਨ ਦੌਰਾਨ 2 ਧੜੇ ਬਣ ਗਏ ਸਨ। ਜਸਵੰਤ ਸਿੰਘ ਨੇ ਕਿਹਾ ਕਿ ਮੇਰੀ ਨੂੰਹ ਰਣਜੀਤ ਕੌਰ, ਜਿਸਦਾ ਐਕਸੀਡੈਂਟ ਹੋਣ ਕਰਕੇ ਅੰਮ੍ਰਿਤਸਰ ਹਸਪਤਾਲ ਵਿਖੇ ਦਾਖਲ ਸੀ, ਜਿਸ ਦੇ ਕੋਲ ਮੇਰਾ ਲੜਕਾ ਮਨਦੀਪ ਸਿੰਘ ਗਿਆ ਹੋਇਆ ਸੀ ਅਤੇ ਮੈਂ ਮੇਰੀ ਪਤਨੀ ਅਤੇ ਛੋਟੇ ਬੱਚੇ ਘਰ ਵਿੱਚ ਰੋਟੀ ਪਾਣੀ ਖਾ ਕੇ ਚੁਬਾਰੇ ਉੱਪਰ ਕਮਰਿਆਂ ਵਿੱਚ ਸੁੱਤੇ ਪਏ ਸੀ ਕਿ ਵਕਤ ਰਾਤ ਦੇ ਕਰੀਬ 1:45 ਦਾ ਹੋਵੇਗਾ, ਜੋ ਕਿ ਗੱਡੀ ਸਾਡੀਆਂ ਬਹਿਕਾਂ ਵਾਲੀ ਲਿੰਕ ਰੋਡ 'ਤੇ ਸਾਡੀ ਕੋਠੀ ਦੇ ਸਾਹਮਣੇ ਆ ਕੇ ਰੁਕੀ ਤਾਂ ਗੱਡੀ ਵਿੱਚ ਸਵਾਰ ਵਿਅਕਤੀਆਂ ਨੇ ਪਹਿਲਾਂ ਛੋਟੇ ਹਥਿਆਰਾਂ ਨਾਲ ਫਾਇਰ ਕੀਤੇ ਤਾਂ ਮੈਂ ਉੱਠ ਪਿਆ ਅਤੇ ਬਾਰੀ ਖੋਲ੍ਹ ਕੇ ਕਮਰੇ ਦੀ ਲਾਈਟ ਜਗਾਈ ਤਾਂ ਵੇਖਿਆ ਕਿ ਮੇਰੇ ਵੱਲ ਵੇਖ ਕੇ ਸੜਕ 'ਤੇ 4 ਵਿਅਕਤੀ ਗੱਡੀ ਵਿੱਚੋਂ ਬਾਹਰ ਨਿਕਲ ਕੇ ਮੈਨੂੰ ਉੱਚੀ ਉੱਚੀ ਗਾਲਾਂ ਕੱਢਣ ਲੱਗ ਪਏ ਕਿ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਆਪਣੇ ਮੁੰਡੇ ਨੂੰ ਹੇਠਾਂ ਭੇਜੋ, ਸਾਡੇ ਨਾਲ ਵੇਖ ਲਵੇ। ਇੰਨੇ ਨੂੰ ਮੈਂ ਬਾਰੀ ਬੰਦ ਕਰ ਲਈ ਤਾਂ ਇਹਨਾਂ ਵਿਅਕਤੀਆਂ ਨੇ ਆਪਣੇ ਆਪਣੇ ਹਥਿਆਰਾਂ ਨਾਲ ਮਾਰ ਦੇਣ ਦੀ ਨੀਅਤ ਨਾਲ ਸਿੱਧੇ ਫਾਇਰ ਮੇਰੇ ਵੱਲ ਨੂੰ ਕੀਤੇ, ਜੋ ਕਿ 5 ਫਾਇਰ ਬਾਰੀ ਅਤੇ ਕੰਧ ਵਿੱਚ ਲੱਗੇ। ਵਜ੍ਹਾ ਰੰਜਿਸ਼ ਇਹ ਹੈ ਕਿ ਪੰਚਾਇਤੀ ਚੋਣਾਂ ਵਿੱਚ ਇਹਨਾਂ ਦੇ ਧੜੇ ਦੀ ਹਾਰ ਹੋਈ ਸੀ। ਇਹ ਹਾਰ ਦਾ ਬਦਲਾ ਲੈਣ ਵਾਸਤੇ ਉਕਤ ਵਿਅਕਤੀਆਂ ਨੇ ਇੱਕ ਸਲਾਹ ਹੋ ਕੇ ਸਾਡੇ ਘਰ ਵੱਲ ਨੂੰ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਹਮਲਾ ਕੀਤਾ ਹੈ। ਉੱਧਰ ਦੂਜੇ ਪਾਸੇ ਭਿੱਖੀਵਿੰਡ ਦੀ ਪੁਲਿਸ ਨੇ ਜਸਵੰਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਗੁਰਲਾਲ ਸਿੰਘ, ਪੁੱਤਰ ਇੰਦਰਪ੍ਰੀਤ ਸਿੰਘ ਉਰਫ ਈਟੂ ਵਾਸੀ ਭਿੱਖੀਵਿੰਡ, ਜਰਨੈਲ ਸਿੰਘ, ਪੁੱਤਰ ਪ੍ਰਤਾਪ ਸਿੰਘ ਉਰਫ ਫੌਜੀ, ਹਰਪਾਲ ਸਿੰਘ, ਪੁੱਤਰ ਦਿਲਬਾਗ ਸਿੰਘ ਵਾਸੀਅਨ ਵਾੜਾ ਭਿੱਖੀਵਿੰਡ ਅਤੇ ਅਣਪਛਾਤੇ 2-3 ਵਿਅਕਤੀਆਂ ਖਿਲਾਫ਼ ਧਾਰਾ 307, 506, 148, 149, IPC ਅਤੇ 25-27-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿੰਘ ਮੇਰਾ ਨਾਂ ਜੀ। ਰਾਤ 7-8 ਬੰਦੇ ਆਏ ਗੱਡੀਆਂ ਦੇ ਅਤੇ ਕੁਛ ਮੋਟਰਸਾਈਕਲ ਉਹਨਾਂ ਕੋਲ, ਉਹ ਉੱਥੇ ਖਲੋ ਕੇ ਸੜਕ ਦੇ ਉੱਤੇ ਪਹਿਲਾਂ ਉਹਨਾਂ ਪਿਸਤੌਲ ਦੇ ਫਾਇਰ ਕੀਤੇ ਆ। ਮੈਂ ਇਕੱਲਾ ਹਾਂ ਘਰ, ਮਨਦੀਪ ਹੈ ਨਹੀਂ, ਮਨਦੀਪ ਦੀ ਘਰ ਦੀ ਐਕਸੀਡੈਂਟ ਹੋਇਆ ਸੀ, ਇਹ ਉੱਥੇ ਹਸਪਤਾਲ ਸੀ ਉਹਦੇ ਕੋਲ ਅਤੇ ਉੱਥੇ ਪਹਿਲਾਂ ਉਹਦਾ ਪਿਸਤੌਲ ਦੇ ਫਾਇਰ ਕਰਦੇ ਰਹੇ ਆ, ਫਿਰ 315 ਦੇ ਫਾਇਰ ਸਿੱਧੇ ਸਾਡੀ ਕੰਧ 'ਚ ਮਾਰੇ ਉਹਨਾਂ। ਇਹ ਕਿੰਨੇ ਕੁ ਵਜੇ ਦਾ ਅੰਦਾਜ਼ਾ ਟਾਈਮ? ਇਹ ਤਕਰੀਬਨ ਰਾਤ 1:45 ਵਜੇ ਦਾ ਟਾਈਮ ਹੈ। ਅਤੇ ਇਹਦੇ ਸੰਬੰਧ ਦੇ ਵਿੱਚ ਤੁਸੀਂ ਕੋਈ ਥਾਣੇ ਦਰਖਾਸਤ? ਹਾਂਜੀ, ਥਾਣੇ ਦਰਖਾਸਤ ਸੀ। ਪੁਲਿਸ ਵੱਲੋਂ ਕੀ ਕਾਰਵਾਈ ਜਿਹੜੀ ਉਹ? ਪੁਲਿਸ ਮੌਕੇ 'ਤੇ ਆਈ ਆ, ਰਾਤ ਵੀ ਆਈ ਆ, ਸਵੇਰੇ ਫਿਰ ਆਈ, ਮੌਕਾ ਵੇਖ ਕੇ ਗਈ ਆ ਅਤੇ ਹੁਣ ਇਹ ਆਪਣੀ FIR ਦਰਜ ਕਰਾ ਕੇ ਗਏ ਆ ਅਤੇ ਉਹ ਆਪਣਾ। ਇਹ ਜਿਹੜਾ ਹਮਲਾ ਹੋਇਆ, ਕੀ ਕਾਰਨ ਕੀ ਗਿਣਦੇ ਜੇ ਤਾਂ ਕੋਈ? ਪੰਜਾਬੀ ਪੰਚਾਇਤ ਚੋਣਾਂ ਦਾ ਰਸ਼ਾ ਜਿਹੜਾ। ਅੱਛਾ ਜੀ। ਹਾਂ, ਹੁਣ ਤੁਸੀਂ ਤੋਂ ਮੰਗ ਕਰਦੇ ਵੀ ਸਾਨੂੰ ਇਹਦਾ ਪੂਰਾ
ਇਨਸਾਨ ਮਿਲਣਾ ਚਾਹੀਦਾ ਸਰ। ਇਹ ਜੀ ਪਤਾ ਨਹੀਂ ਜੀ, ਮੈਂ ਤੇ ਮੇਰੀ ਤੇ ਮਿਸਰੀ ਦਾ ਐਕਸੀਡੈਂਟ ਹੋਇਆ ਸੀ। ਮੈਂ ਤੇ ਉੱਥੇ ਹੋਸਪਿਟਲ ਦੇ ਵਿੱਚ ਸੀ, ਰਾਤ 1:30 ਵਜੇ ਦੇ ਕਰੀਬ ਇਹ ਹਮਲਾ ਹੋਇਆ ਵਾ। 7-8 ਬੰਦੇ ਆਏ ਅਣਪਛਾਤੇ ਅਤੇ ਕੁਝ ਇਹ ਚੋਣਾਂ ਦੀ ਰੰਜਿਸ਼ ਕਰਕੇ ਮੇਰੇ ਤੇ ਅੱਗੇ ਵੀ ਇੱਕ ਦੋ ਵਾਰੀ ਇਹਨਾਂ ਨੇ ਮੇਰੀ ਗੱਡੀ ਦੇ ਟਾਇਰ ਟੂਰ ਵੀ ਪਾੜੇ ਸੀ ਥਾਣੇ ਦੇ ਮੂਹਰੇ, ਅਤੇ ਅੱਜ ਵੀ ਇਸੇ ਕੁਝ ਲਕਸ਼ਾਂ ਦੇ ਕਰਕੇ ਦਾ ਸੰਬੰਧ ਵਿੱਚ ਮੈਨੂੰ ਜਾਪਦਾ ਵੀ ਮੇਰੇ 'ਤੇ ਹਮਲਾ ਕੀਤਾ ਵਾ। ਜਾਨੋਂ ਮਾਰਨ ਦੇ ਸਾਰੇ ਪਰਿਵਾਰ ਨੂੰ ਕੋਸ਼ਿਸ਼ ਕੀਤੀ ਗਈ ਹੈ। ਜੋ ਸਿੱਧੇ ਫਾਇਰ ਹੈ ਉਹ ਮੇਰੇ ਘਰ ਦੇ ਵਿੱਚ ਹੋਏ, ਦਾਖਲ ਹੋਏ। ਅਤੇ ਕੀ ਜਿਹੜਾ ਤੁਸੀਂ ਪੁਲਿਸ ਨੂੰ ਵਗੈਰਾ ਜਿਹੜੀ ਦਰਖਾਸਤ ਦਿੱਤੀ ਹੈ, ਕੀ ਕਾਰਵਾਈ ਜਿਹੜੀ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ? ਪੁਲਿਸ ਨੂੰ ਦਰਖਾਸਤ ਦਿੱਤੀ ਹੈ ਜੀ, ਸਾਰੀ ਕਾਰਵਾਈ ਉਹਨਾਂ ਤੋਂ ਇਨਸਾਫ਼ ਦੀ ਮੰਗ ਹੈ। ਡਿਪਟੀ ਸਾਹਿਬ ਨਾਲ ਵੀ ਉਹਨਾਂ ਨੇ ਫੋਨ 'ਤੇ ਗੱਲ ਹੋਈ ਆ, ਪੁਲਿਸ ਵੀ ਮੌਕੇ 'ਤੇ ਪਹੁੰਚੀ ਸਾਰੀ। ਹੁਣ ਉਹ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਆ, ਸਾਨੂੰ ਇਨਸਾਫ਼ ਦਿਵਾਉਣ ਦੀ ਉਮੀਦ ਹੈ ਵੀ ਉਹਨਾਂ ਤੋਂ ਪੂਰਾ ਇਨਸਾਫ਼ ਮਿਲੂਗਾ ਪੁਲਿਸ ਤੋਂ। ਠੀਕ। ਕੋਲ ਬਰਾਮਦ ਹੋਏ ਜੀ, 5 ਕਾਰਤੂਸ ਬਰਾਮਦ ਹੋਏ ਆ, 6 ਇੱਕ ਕਾਰਤੂਸ ਜਿਹੜਾ ਉਹ ਜਿੰਦਾ ਵਾ, ਬਿਲਕੁਲ ਸਹੀ ਪਾਇਆ ਗਿਆ ਵਾ, ਉਹ ਪੁਲਿਸ ਆਪਣੀ ਕਸਟੱਡੀ 'ਚ ਲੈ ਗਈ ਹੈ। ਠੀਕ। ਗੱਡੀ ਫੜਾ ਦੇਣਾ, ਜਿਮਨੀ ਲਾ ਲਾ ਕੋਈ। ਇਹਦੇ ਵਿੱਚ ਜਸਵੰਤ ਸਿੰਘ ਪੁੱਤਰ ਬਸੰਤ ਸਿੰਘ ਦੇ ਪਿੰਡ ਪਿੱਛੇ ਪਿੰਡ ਦੇ ਬਿਆਨ 'ਤੇ ਮੁਕੱਦਮਾ ਨੰਬਰ 91 ਨੰਬਰ ਮੁਕੱਦਮਾ ਦਰਜ ਕਰਕੇ 307 ਦਾ ਤਫਤੀਸ਼ ਚੱਲ ਰਹੀ ਹੈ। ਮੌਕੇ ਵਾਰਦਾਤ ਵਾਲੀ ਥਾਂ ਤੋਂ ਜਿਹੜੇ ਕੋਲ ਕਾਰਤੂਸ 5 ਸਾਨੂੰ ਮਿਲੇ, 315 ਮੋੜ 'ਤੇ, ਅਤੇ ਬਾਕੀ ਡੰਘਿਆਈ ਨਾਲ ਤਫਤੀਸ਼ ਚੱਲ ਰਹੀ ਹੈ। ਜੋ ਤਫਤੀਸ਼ ਸਾਹਮਣੇ ਆਈ ਉਹਦੇ ਨਾਲ ਬਿਲਕੁਲ ਬਈ ਨਹੀਂ ਹੋਇਆ ਜੀ, ਫਿਰ ਮੈਂ ਦੋਸ਼ੀ ਦੇ ਖਿਲਾਫ ਗ੍ਰਿਫਤਾਰੀ ਵਾਸਤੇ ਚੱਲ ਰਹੀ ਹੈ ਜੀ, ਰੇਟ ਚੱਲ ਰਹੇ ਨਾਲ ਖਿਲਾਫ। ਠੀਕ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।